8 ਜਨਵਰੀ ਨੂੰ ਭਾਰਤ ਬੰਦ ਦੇ ਚਲਦਿਆਂ ਜਿੱਥੇ ਵੱਖ-ਵੱਖ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਮੁਜ਼ਾਹਰੇ, ਧਰਨੇ ਤੇ ਚੱਕੇ ਜਾਮ ਕੀਤੇ ਗਏ, ਉਸੇ ਤਹਿਤ ਹਲਕਾ ਜ਼ੀਰਾ ਦੇ ਕਸਬਾ ਮੱਖੂ ਵਿਖੇ ਵੀ ਵੱਖ-ਵੱਖ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਨੂੰ ਕਈ ਘੰਟੇ ਤੱਕ ਜਾਮ ਰੱਖਿਆ ਗਿਆ। ਇਸ ਮੌਕੇ ਕਿਸਾਨ ਸੰਘਰਸ਼ ਕਮੇਟੀ ਤੋਂ ਇਲਾਵਾ ਟੈਕਨੀਕਲ ਸਰਵਿਸ ਯੂਨੀਅਨ, ਇਨਕਲਾਬੀ ਲੋਕ ਮੋਰਚਾ, ਪੰਜਾਬ ਕਿਸਾਨ ਸਭਾ, ਜੇਈ ਕੌਂਸਲ ਪੰਜਾਬ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਸੀਪੀਆਈ ਪੈਨਸ਼ਨ ਯੂਨੀਅਨ ਤੇ ਹੋਰ ਵੀ ਵੱਖ-ਵੱਖ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਲਈ ਰੋਸ ਮੁਜ਼ਾਹਰਾ ਕੀਤਾ। ਸੰਘਰਸ਼ ਕਮੇਟੀ ਪੰਜਾਬ ਦਾ ਸੂਬਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ, ਅੱਜ ਜੋ ਆਪਾਂ ਇੱਥੇ ਮੱਖੂ ਰੋਡ ਦੇ ਉੱਤੇ ਜੀਰਾ ਵਾਇਆ ਜਿਹੜਾ ਚੱਲ ਰਿਹਾ ਵਾ, ਇੱਥੇ ਧਰਨਾ ਲਾਇਆ ਹੈ। ਇਹ ਕੁੱਲ ਹਿੰਦ ਕਿਸਾਨ ਸੰਘਰਸ਼ ਕਮੇਟੀ ਤਾਲਮੇਲ ਸਾਰੇ ਭਾਰਤ ਵੱਲੋਂ ਅੱਜ ਹਰ ਇੱਕ ਜਗ੍ਹਾ ਦੇ ਵਿੱਚ ਧਰਨੇ ਚੱਲ ਰਹੇ ਆ ਅਤੇ ਤਕਰੀਬਨ ਡੇਢ ਮਹੀਨੇ ਤੋਂ ਹੀ ਅਸੀਂ ਸਾਰਾ ਅਨਾਊਂਸ ਕੀਤਾ ਸੀਗਾ ਕਿ 8 ਜਨਵਰੀ ਨੂੰ ਜਿਹੜਾ ਜੋ ਵੀ ਭਾਰਤ ਆ ਇਹ ਬੰਦ ਕੀਤਾ ਜਾਵੇ ਅਤੇ ਫਲ ਸਬਜ਼ੀਆਂ ਆਦਿ, ਦੁੱਧ ਜਾਂ ਕੋਈ ਵੀ ਫਸਲ ਆ ਜਿਹੜੀ ਆ ਨਾ ਮੰਡੀਆਂ 'ਚ ਲੈ ਕੇ ਜਾਇਆ ਜਾਵੇ ਅਤੇ ਨਾ ਲੈ ਕੇ ਆਇਆ ਜਾਵੇ, ਕਿਉਂਕਿ ਜਿਹੜੀ ਆਪਣੀ ਸੈਂਟਰ ਸਰਕਾਰ ਆ ਇਹਨੇ ਬਿਲਕੁਲ ਹੀ ਜੋ ਕੀਤਾ ਵਾ ਸਾਰਾ ਕਿਸਾਨੀ ਦਾ ਜੋ ਵੀ ਕਾਰੋਬਾਰ ਚੱਲਦੇ ਆ ਸਾਰੇ ਫੇਲ ਕਰ ਦਿੱਤੇ ਆ। ਇਹਦੇ ਵਿੱਚ 250 ਜਥੇਬੰਦੀ ਦਾ ਇੱਕ ਆਪਣਾ ਮੰਚ ਬਣਿਆ ਜਿਹਦੇ ਵਿੱਚ ਕੁੱਲ ਹਿੰਦ ਕਿਸਾਨ ਸੰਘਰਸ਼ ਕਮੇਟੀ ਤਾਲਮੇਲ ਰੱਖਿਆ ਗਿਆ ਅਤੇ ਬਾਕੀ ਅਸੀਂ ਜਿਹੜੀਆਂ ਜਥੇਬੰਦੀਆਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਕੁੱਲ ਭਾਰਤ ਦੇ ਵਿੱਚ ਹੀ ਜਿੰਨੀਆਂ ਵੀ ਜਥੇਬੰਦੀਆਂ ਹਮਾਇਤੀ ਜਥੇਬੰਦੀਆਂ ਉਹਨਾਂ ਨੇ ਵੀ ਸਾਰੀਆਂ ਨੇ ਸੰਯੋਗ ਦਿੱਤਾ ਵਾ। ਘਾਤ ਇੱਥੋਂ ਤੱਕ ਆ ਕਿ ਜਿਹੜੇ ਦੁਕਾਨਦਾਰ ਆ ਜਿਹੜੇ ਉਹਨਾਂ ਦਾ ਵੀ ਜਿਹੜਾ ਕਿੱਤਾ ਵਾ ਇਹ ਸਰਕਾਰ ਖਤਮ ਕਰਨ ਜਾ ਰਹੀ ਆ। ਇਹਨਾਂ ਦੀ ਰਣਨੀਤੀ ਆ ਕਿ ਵੱਡੇ ਵੱਡੇ ਮੌਲ ਕਸਬਿਆਂ ਦੇ ਵਿੱਚ ਖੋਲ੍ਹ ਕੇ ਅਤੇ ਜੋ ਵੀ ਕੱਪੜਾ ਆਦਿ, ਕਰਿਆਨਾ ਜਾਂ ਸੌਦਾ ਵਾ ਜਾਂ ਕੋਈ ਮਠਿਆਈ ਵਾਲੀ ਦੁਕਾਨ ਆ ਜਾਂ ਜੋ ਵੀ ਕੋਈ ਧੰਦਾ ਚੱਲਦਾ ਜਾਂ ਕੋਈ ਮੋਬਾਈਲ ਸਿਸਟਮ ਆ ਅਤੇ ਇੱਕ ਹੀ ਮੌਲ ਦੇ ਵਿੱਚੋਂ ਸਾਰਾ ਕੁਛ ਪ੍ਰਾਪਤ ਹੋ ਜਾਵੇ ਅਤੇ ਆਉਣ ਵਾਲੇ ਜਿਹੜੇ ਜਨਤਕ ਲੋਕ ਜਿਹੜੇ ਆ ਇਹਨਾਂ ਦਾ ਧੰਦਾ ਜਿਹੜਾ ਖਤਮ ਹੋ ਜਾਵੇ। ਨਾਲ ਦੀ ਨਾਲ ਜਿਹੜਾ ਸੈਂਟਰ ਸਰਕਾਰ ਨੇ ਕਿਸਾਨ ਨੂੰ ਜਿਹੜਾ ਕਰਜ਼ੇ ਦੇ ਵਿੱਚ ਲੈ ਜਾਂਦਾ ਇਹਨਾਂ ਦੀ ਬੜੀ ਘਟੀਆ ਨੀਤੀ ਆ। 1967 ਤੋਂ ਲੈ ਕੇ ਅੱਜ ਤੱਕ ਕੋਈ ਮੰਡੀ ਕਰਨੀ ਬਣਿਆ ਨਾ ਝੋਨੇ ਦਾ ਨਾ ਬਾਸਮਤੀ ਦਾ। ਹੁਣ ਝੋਨਾ ਜਿਹੜਾ ਜਾਂ ਕਣਕ ਆ ਇਹ ਵੀ ਜਿਹੜਾ ਵਾ ਸੈਂਟਰ ਜਿਹੜਾ ਵਾ ਪਿੱਛੇ ਹੱਥ ਖਿੱਚਦਾ ਜਾ ਰਿਹਾ। ਇਹ ਦੋ ਹੀ ਫਸਲਾਂ ਆਪਣੇ ਜਿਹੜੀ ਪੰਜਾਬ ਸਟੇਟ ਜਾਂ ਹੋਰ ਇੱਕ ਦੋ ਸਟੇਟਾਂ ਦੇ ਵਿੱਚ ਜਿਹੜੀ ਮੰਡੀਕਰਨ ਜਿਹੜਾ ਥੋੜ੍ਹਾ ਬਹੁਤਾ ਇਹਨਾਂ ਬਣਾਇਆ ਸੀਗਾ, ਪਰ ਉਹ ਵੀ ਇਹਨਾਂ ਆਪਦੇ ਲੈਵਲ ਦਾ ਬਣਾਇਆ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਨਹੀਂ ਬਣਾਇਆ। ਸਾਡੀ ਇਹ ਮੰਗ ਆ ਕਿ ਝੋਨਾ, ਬਾਸਮਤੀ, ਕਣਕ ਫਸਲ ਜੋ ਵੀ ਮੂੰਗੀ ਆ, ਮੱਕੀ ਆ, ਬਾਜਰਾ, ਵੱਖ ਵੱਖ ਸਟੇਟਾਂ ਦੇ ਵਿੱਚ ਚਾਹੇ ਕੋਈ ਸੇ ਤਿਆਰ ਹੁੰਦੇ ਆ ਜਾਂ ਦੁੱਧ ਆ, ਜਿੱਥੇ ਜਿੱਥੇ ਵੀ ਮਤਲਬ ਵੱਖ ਵੱਖ ਸਟੇਟਾਂ ਜਿੱਦਾਂ ਮਹਾਰਾਸ਼ਟਰ ਹੋ ਗਿਆ, ਕਰਨਾਟਕਾ ਹੋ ਗਿਆ, ਤਾਮਿਲਨਾਡੂ ਹੋ ਗਿਆ, ਰਾਜਸਥਾਨ ਹੋ ਗਿਆ ਜਾਂ ਹਰਿਆਣਾ ਹੋ ਗਿਆ, ਜਿੱਦਾਂ ਜਿੱਦਾਂ ਦੀਆਂ ਵੀ ਪੱਟੀਆਂ ਉੱਥੇ ਸਟੇਟਾਂ ਦੇ ਵਿੱਚ ਬਣੀਆਂ ਜਾਂ ਕੋਈ ਨਰਮਾ ਹੁੰਦਾ ਵਾ, ਇਹ ਲੱਕੜਾ ਤੱਕ ਸਾਰੇ ਜਿਹੜਾ ਸਿਸਟਮ ਆ ਸਾਰਾ ਉਹਦਾ ਮੰਡੀਕਰਨ ਜਿਹੜਾ ਸਵਾਮੀਨਾਥਨ ਦੀ ਰਿਪੋਰਟ ਮੁਤਾਬਕ ਹੋਣਾ ਚਾਹੀਦਾ ਵਾ ਅਤੇ ਜਿਹੜਾ ਕਿਸਾਨ ਫਿਰ ਹੀ ਖੁਸ਼ਹਾਲ ਹੋ ਸਕਦਾ। ਉਦੋਂ ਅੱਗੇ ਦੀ ਗੱਲ ਆ ਕਿ ਜੇ ਕਿਸਾਨ ਖੁਸ਼ਹਾਲ ਆ ਤਾਂ ਫਿਰ ਸਾਰਾ ਜਨਤਕ ਲੋਕ ਖੁਸ਼ਹਾਲ ਆ। ਜੋ ਧੰਦਾ ਜਿਹੜਾ ਇਸ ਵੇਲੇ ਬਿਲਕੁਲ ਸਾਰਾ ਸਿਸਟਮ ਚੱਲ ਰਿਹਾ ਉਹ ਸਾਰਾ ਖਤਮ ਹੋ ਚੁੱਕਾ ਵਾ ਅਤੇ ਇਹ ਜਿੰਨਾ ਚਿਰ ਤੱਕ ਸਰਕਾਰ ਜਿਹੜੀ ਆ ਇਹਨਾਂ ਦੇ ਹੱਕ 'ਚ ਜਾਂ ਕੋਈ ਨਿਆਂ ਨਹੀਂ ਦਿੰਦੀ ਉਨਾ ਚਿਰ ਤੱਕ ਇਹ ਸਿਸਟਮ ਜਿਹੜਾ ਵਾ ਕੋਈ ਇਹੋ ਜਿਹਾ ਜਾਪਦਾ ਨਹੀਂ ਗਾ ਕਿ ਉਹ ਚੱਲ ਜਾਊਗਾ। ਰੰਗਲਾ ਟੀਵੀ ਲਈ ਜ਼ੀਰਾ ਤੋਂ ਸਤੀਸ਼ ਵਿਜ ਦੀ ਰਿਪੋਰਟ।